ਨੌਜਵਾਨ ਪੀੜ੍ਹੀ ਨੂੰ ਮੋਬਾਈਲ ਫੋਨ ਨੇ ਇਸ ਕਦਰ ਆਪਣੀ ਜਕੜ 'ਚ ਲੈ ਲਿਆ ਕਿ ਨੌਜਵਾਨ ਇਸ ਦੀ ਵਰਤੋਂ ਕਰਦੇ ਆਪਣੇ ਖੜਨ ਬੈਠਣ ਦੀ ਥਾਂ ਵੀ ਨਹੀਂ ਦੇਖਦੇ, ਜਿਸ ਕਾਰਨ ਇਹਨਾਂ ਨੌਜਵਾਨਾਂ ਨਾਲ ਕਈ ਦਰਦਨਾਕ ਹਾਦਸੇ ਵਾਪਰ ਚੁੱਕੇ ਨੇ। ਇਸੇ ਤਰ੍ਹਾਂ ਦਾ ਇੱਕ ਦਰਦਨਾਕ ਹਾਦਸਾ ਫਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਕਲਾਂ ਤੋਂ ਸਾਹਮਣੇ ਆਇਆ, ਜਿੱਥੋਂ ਦੇ 24 ਸਾਲਾ ਨੌਜਵਾਨ ਦੀ ਪਬਜੀ ਗੇਮ ਖੇਡਦੇ ਹੋਏ ਖੂਹ 'ਚ ਡਿੱਗ ਜਾਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦਪਿੰਦਰਪਾਲ ਸਿੰਘ ਬੀਤੀ ਸ਼ਾਮ ਖੂਹ ਦੇ ਕੋਲ ਬੈਠਾ ਮੋਬਾਈਲ 'ਤੇ ਗੇਮ ਖੇਡ ਰਿਹਾ ਸੀ ਕਿ ਅਚਾਨਕ ਪਿੱਛੇ ਖੂਹ ਵਿੱਚ ਡਿੱਗ ਪਿਆ, ਜਿਸ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਰੇ ਖੁੱਲ੍ਹੇ ਖੂਹ ਅਤੇ ਹੋਰ ਬੋਰਵੈੱਲ ਸਖ਼ਤੀ ਨਾਲ ਢੱਕੇ ਜਾਣ ਤਾਂ ਜੋ ਕਿਸੇ ਹੋਰ ਦੀ ਮੌਤ ਨਾ ਹੋ ਸਕੇ। ਇਹ ਕੱਲ੍ਹ 8:15 ਵਜੇ ਦੇ ਕਰੀਬ ਮਤਲਬ ਕਿ ਉੱਥੇ ਗੇਮ ਖੇਡਦਾ ਸੀਗਾ ਕੂਏ 'ਤੇ ਬੈਠਾ, ਉਹ ਜਿਹੜਾ ਕੂਆ ਸੀ 60-65 ਫੁੱਟ ਚੌੜਾ ਸੀ, ਲੰਬਾਈ ਚੌੜਾ ਲੰਬਾ ਡੂੰਘਾਈ 'ਚ ਜੀ, ਵਿੱਚ ਪਾਣੀ ਖੜਾ ਸੀਗਾ। ਹਾਂਜੀ। ਅਤੇ ਉਹ ਗੇਮ ਖੇਡਦਾ ਅਚਾਨਕ ਪਿੱਛੇ ਨੂੰ ਗਿਰ ਗਿਆ ਜੀ। ਓਕੇ। ਅਤੇ ਉਸ ਤੋਂ ਬਾਅਦ ਇਹਨਾਂ ਨੇ ਚਲੋ ਪਿੰਡ ਵਾਲਿਆਂ ਨੇ ਆਪਣਾ ਜੋ ਵੀ ਲਾਉਣਾ ਸੀ ਬੱਚਾ ਕੱਢ ਲਿਆ, ਕੱਢ ਕੇ ਅਤੇ ਉਹਦੀ ਡਾਕਟਰਾਂ ਨੇ ਡੈਥ ਕਰਾਰ ਕਰਤੀ ਜੀ। ਅਤੇ ਮੇਨ ਤਾਂ ਗਲਤੀ ਸਾਡੀ ਸਰਕਾਰਾਂ ਦੀ ਆ, ਪ੍ਰਸ਼ਾਸਨ ਦੀ ਆ, ਆਪਾਂ ਨੂੰ ਇਸ ਗੱਲ ਦਾ ਪਤਾ। ਪਹਿਲਾਂ ਫਤਿਹਵੀਰ ਦਾ ਕੰਮ ਹੋ ਗਿਆ ਸਾਡਿਆ, ਫਿਰ ਇੱਕ ਪਿੰਡ ਖੋਜੇ ਮਾਜਰੇ ਜ਼ਿਲ੍ਹਾ ਫਤਿਹਗੜ੍ਹ ਦੇ 3 ਬੱਚੇ ਪਹਿਲਾਂ ਟੋਏ ਦੇ ਵਿੱਚ ਹੀ ਡਿੱਗ ਹੋ ਰਹੇ ਆ। ਮੀਡੀਆ ਵੀ ਬਹੁਤ ਸਾਥ ਦੇ ਰਹੀ ਆ ਹਰੇਕ ਦਾ, ਮੀਡੀਆ ਹਰੇਕ ਜਗ੍ਹਾ ਇਹੀ ਗੱਲ ਕਰ ਰਿਹਾ ਵੀ ਬੰਦ ਹੋਣੇ ਚਾਹੀਦੇ ਨੇ, ਪਰ ਪ੍ਰਸ਼ਾਸਨ ਕਿਉਂ ਨਹੀਂ ਕਰ ਰਿਹਾ, ਸਰਕਾਰਾਂ ਕਿਉਂ ਨਹੀਂ ਇਸ ਗੱਲ 'ਤੇ ਨੱਥ ਪਾ ਰਹੀਆਂ। ਇਹ ਸਭ ਤੋਂ ਗੰਦੀ ਗਲਤੀ ਹੈ ਜਿਹੜੀ ਪ੍ਰਸ਼ਾਸਨ ਦੀ ਔਰ ਸਰਕਾਰਾਂ ਦੀ ਆ। ਸਕੀਮਾਂ ਕਰਦੇ ਹੁਣ ਸਾਰੇ ਟੋਏ, ਅਸੀਂ ਤਾਂ ਵੀਰੇ ਇਹੀ ਮੰਗ ਕਰਦੇ ਹਾਂ। ਸਾਡਾ ਤਾਂ ਬੇਟਾ ਅੱਗੇ ਆ, ਸਾਡਾ ਇਕੱਲਾ ਇਕੱਲਾ ਪੁੱਤ ਸੀਗਾ, ਸਾਡੇ ਤਾਂ ਰੱਬ ਨੇ ਖੋਲਿਆ, ਅਸੀਂ ਕਹਿ ਰਹੇ ਵੀ ਕਿਸੇ ਹੋਰ ਦਾ ਪੁੱਤ ਨਾ ਜਾਵੇ। ਸਾਰੇ ਜਾਲ ਲੱਗਣੇ ਚਾਹੀਦੇ ਆ ਹਰੇਕ ਟਿਊਬਵੈੱਲ 'ਤੇ, ਠੀਕ ਹੈ ਨਾ ਜੀ। ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਹਾਂ ਵੀ ਬੇਨਤੀ ਆ ਵੀ ਧਿਆਨ ਰੱਖੋ, ਮਾੜਾ ਮੋਟਾ ਕਰ ਲਓ ਕੋਈ, ਜੇ ਕਿਸੇ ਦਾ ਧੀ ਪੁੱਤ ਬਚ ਜਾਵੇ ਤੁਹਾਡੇ ਸਹਾਰੇ ਨਾਲ। ਜਿੱਥੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੇ ਬੋਰ ਅਤੇ ਖੂਹਾਂ ਨੂੰ ਜਲਦ ਤੋਂ ਜਲਦ ਬੰਦ ਕਰੇ ਤਾਂ ਜੋ ਕਿਸੇ ਦੀ ਜਾਨ ਅਜਾਈ ਨਾ ਜਾਵੇ, ਉੱਥੇ ਸਾਡੇ ਸਮਾਜ ਨੂੰ ਵੀ ਚਾਹੀਦਾ ਕਿ ਬੱਚਿਆਂ ਨੂੰ ਮੋਬਾਈਲ ਦੀ ਦਲਦਲ 'ਚ ਕੱਢਣ ਲਈ ਉਪਰਾਲੇ ਕੀਤੇ ਜਾਣ ਤਾਂ ਜੋ ਨੌਜਵਾਨ ਸਰੀਰਕ ਖੇਡਾਂ ਵੱਲ ਧਿਆਨ ਦੇਣ ਅਤੇ ਪਬਜੀ ਵਰਗੀ ਖੇਡ ਖੇਡਦੇ ਹੋਏ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋ ਸਕਣ। ਫਤਿਹਗੜ੍ਹ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ, D5 ਚੈਨਲ ਪੰਜਾਬੀ।